ਤੁਹਾਡਾ ਸਭ ਦਾ ਪੰਜਾਬੀ ਸਾਹਿਤਕ ਸਰਗਰਮੀਆਂ ਦੇ ਉੱਪਰ ਸਵਾਗਤ ਹੈ ਤਾਂ ਆਪਾਂ ਅੱਜ ਜਿਹੜਾ ਈਟੀਟੀ 9894 ਦਾ ਪੇਪਰ ਫਸਟ ਪੰਜਾਬੀ ਦਾ ਜਿਹੜਾ ਪੇਪਰ ਹੋਇਆ ਅੱਜ ਦੀ ਤਰੀਕ ਦੇ ਵਿੱਚ ਉਸਦੇ ਆਨਸਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ ਤਾਂ ਇਹ ਜਿਹੜੇ ਪੇਪਰ ਜਿਹੜਾ ਸੈੱਟ ਸੀਗਾ ਬੀ ਉਸਦੇ ਆਨਸਰ ਜਿਹੜੇ ਤੁਹਾਨੂੰ ਦੱਸਣ ਜਾ ਰਿਹਾ ਤਾਂ ਬਾਕੀ ਤੁਸੀਂ ਆਪਣੇ ਜਿਹੜੇ ਦੇ ਕੁਐਸਚਨਾਂ ਦੇ ਆਨਸਰ ਪੜ੍ਹ ਕੇ ਮਲਾ ਸਕਦੇ ਹੋ ਤਕਰੀਬਨ ਸਾਰੇ ਹੀ ਸਵਾਲਾਂ ਦੇ ਜਵਾਬ ਜਿਹੜੇ ਉਹ ਸਹੀ ਹੋਣਗੇ ਇੱਕ ਅੱਦੇ ਸਵਾਲ ਦੀ ਜਿਹੜੀ ਆ ਇਹ ਫਿਰ ਹੋ ਸਕਦੀ ਆ ਤਾਂ ਇਸ ਦੇ ਵਿੱਚ ਜਿਹੜਾ ਸਵਾਲ ਆਇਆ ਸੀਗਾ ਪਹਿਲਾ ਹਾਸ਼ਮ ਸ਼ਾਹ ਦਾ ਜਨਮ ਕਦੋਂ ਹੋਇਆ ਹਾਸ਼ਮ ਸ਼ਾਹ ਦਾ ਜਨਮ ਕਦੋਂ ਹੋਇਆ 1752 ਇਸ ਦਾ ਰਾਈਟ ਆਨਸਰ ਸੀ 1752 ਦੇ ਵਿੱਚ ਉਸ ਤੋਂ ਬਾਅਦ ਹੀਰ ਅਵਾਰਿਸ਼ਾ ਨੇ ਹੀਰ ਰਾਂਝੇ ਦਾ ਕਿੱਸਾ ਸੰਪੂਰਨ ਕਦੋਂ ਕੀਤਾ 1768 ਦੇ ਵਿੱਚ ਮਾਲਕ ਹਾਸ ਪਿੰਡ ਦਾ ਸਬੰਧ ਕਿਸ ਨਾਲ ਹੈ ਤਾਂ ਇਸ ਦਾ ਜਿਹੜਾ ਆਨਸਰ ਸੀਗਾ ਉਹ ਵਾਰਿਸ ਸ਼ਾ ਅੱਗੇ ਸੀ ਕਾਰ ਅਸਵਾਬ ਲਾਇਆ ਸ਼ਹਿਜ਼ਾਦੀ ਫੜਿਆ ਰੋ ਸ਼ਤਰ ਦਾ ਪਾਈ ਖੂਨ ਖਰਾ ਕਲੇਜੇ ਰ ਭਰਦ ਹਜ਼ਰ ਦਾ ਤਾਂ ਅਸਵਾਬ ਸ਼ਬਦ ਦਾ ਜਿਹੜਾ ਅਰਥ ਸੀਗਾ ਮਿਹਨਤ ਨੈਕਸਟ ਵਾਲ ਸੀ ਜੰਡਿਆਲਾ ਸ਼ੇਰਖਾਂ ਵਿਖੇ ਕਿਸ ਦਾ ਜਨਮ ਹੋਇਆ ਸੀ ਵਾਰਿਸ ਸ਼ਾ ਦਾ ਜਿਹੜਾ ਜਨਮ ਹੋਇਆ ਸੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਕਿਸਤੀ ਰਚਨਾ ਹੈ ਜੰਗ ਤੇ ਸਿੰਘਨਾਮਾ ਜਿਹੜਾ ਹੈ ਸਿੰਘਾਂ ਤੇ ਫਰੰਗੀਆਂ ਇਹ ਸ਼ਾ ਮੁਹੰਮਦ ਦਾ ਜੰਗਨਾਮਾ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ ਤਾਂ ਇਸ ਦੇ ਵਿੱਚ ਦਖਣੀ ਓੰਕਾਰ ਜਿਹੜੀ ਦਿੱਤੀ ਹੋਈ ਸੀ ਉਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਸੀ ਇਹ ਜਿਹੜਾ ਇਸ ਦਾ ਰਾਈਟ ਆਨਸਰ ਸੀ ਦੋਹਾ ਕਧਾਰਾ ਮੁੜ ਜੁੜੇ ਦਲ ਕੁਰੇ ਨਗਾਰੇ ਓੜ ਆਏ ਸੂਰਮੇ ਸਰਦਾਰ ਰਾਏ ਦੇ ਉਪਰਾਖਤ ਜਿਹੜੀਆਂ 17 ਓ ਕਿਸ ਰਚਨਾ ਦੇ ਵਿੱਚੋਂ ਹਨ ਤਾਂ ਇਸ ਦਾ ਆਨਸਰ ਜਿਹੜਾ ਸੀ ਉਹ ਚੰਡੀ ਦੀ ਵਾਰ ਅਗੇ ਹੈ ਜਾਪ ਸਾਬ ਕਿਸ ਦੀ ਰਚਨਾ ਹੈ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸੀ ਜਿਸ ਦਾ ਅਨਸਰ ਜਿਹੜਾ ਸੀ ਸੁਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੇ ਜਾਨੂ ਕਨੀਅਰ ਕਾਲੇ ਤਾਂ ਆਪਸ਼ਨਾਂ ਦੇ ਵਿੱਚ ਇਹਨਾਂ ਨੇ ਪੁੱਛਿਆ ਸੀਗਾ ਕਿ ਕਨੀਅਰ ਸ਼ਬਦ ਦਾ ਅਰਥ ਕੀ ਹੈ ਇਸ ਦਾ ਅਨਸਰ ਸੀ ਬੱਦਲ ਵਰਮ ਵਡਾਲਾ ਵੀਰਮ ਹੇਠ ਲਿਖਿਆਂ ਵਿੱਚੋਂ ਕਿਸ ਦਾ ਜਨਮ ਸਥਾਨ ਹੈ ਤਾਂ ਵਡਾਲਾ ਵੀਰਮ ਜਿਹੜਾ ਹੈ ਸ਼ਾ ਮੁਹੰਮਦ ਦਾ ਜਨਮ ਸਥਾਨ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਸੀ ਹਾਂਜੀ ਅੱਗੇ ਹੈ ਸ਼ੋਭਨ ਸੰਭਵ ਪਾਠ ਪੜਾਇਆ ਜੰਮ ਦੇ ਧਾਮ ਨੋ ਇੰਦਰ ਸੱਦ ਬੁਲਾਇਆ ਰਾਜ ਅਪੇਖ ਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਚਾਂਦੀ ਜੰਗ ਜਗਮਤ ਦਾ ਤਾਂ ਉਪਰੋਗ ਸਾਰਾ ਸਤਰਾਂ ਦਾ ਜਿਹੜੇ ਆ ਚੰਡੀ ਦੀ ਵਾਰ ਦੀ ਕਿਸ ਬੋੜੀ ਦੇ ਵਿੱਚੋਂ ਦਰਜ ਸਨ ਤਾਂ ਇਸ ਦਾ ਜਿਹੜਾ 42ਵੀਂ ਵਾਰ ਦੇ ਵਿੱਚ ਦਰਜ ਸੀ ਹਾਂਜੀ ਅੱਗੇ ਜਿਹੜਾ ਆਨਸਰ ਇਸ ਦਾ ਸੀ ਸਵਾਲ ਜਿਹੜਾ ਕਾਫੀ ਜਿਹੜੇ ਔਖੇ ਸਵਾਲ ਦੇਖਣ ਨੂੰ ਮਿਲੇ ਜਿਸ ਤਰ੍ਹਾਂ ਦਾ ਇਹ ਪੇਪਰ ਦਾ ਲੈਵਲ ਸੀਗਾ ਤਾਂ ਉਸ ਦੇ ਮੁਕਾਬਲੇ ਜਿਹੜੇ ਸਵਾਲ ਕਾਫੀ ਔਖੇ ਸੀ ਚੰਡੀ ਦੀ ਵਾਰ ਵਿੱਚ ਕਿਹੜੇ ਦਾੰਤ ਦਾ ਨਾਮ ਨਹੀਂ ਹੈ ਤਾਂ ਹਰਨਾਕਸ਼ ਦਾ ਇਸ ਦੇ ਵਿੱਚ ਨਾਮ ਨਹੀਂ ਸ਼ਾ ਮੁਹੰਮਦ ਆ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਸਰਕਾਰ ਜਿਹੜਾ ਸ਼ਬਦ ਵਰਤਿਆ ਗਿਆ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਲਈ ਵਰਤਿਆ ਗਿਆ ਸੀ ਸ਼ਾਮ ਮਹਮਦ ਦਾ ਜਨਮ ਕਦੋਂ ਹੋਇਆ 1780 ਈਸਵੀ ਦੇ ਵਿੱਚ ਅਮ੍ਰਿਤਾ ਪ੍ਰੀਤਮ ਨੂੰ ਕਿਹੜੀ ਰਚਨਾ ਤੇ ਗਿਆਨਪੀਠ ਪੁਰਸਕਾਰ ਜਿਹੜਾ ਮਿਲਿਆ ਸੀ ਕਾਗਜ਼ ਤੇ ਕੈਨਵਸ ਤੇ ਨੂੰ ਤੇ ਸੁਨੇਹੜੇ ਤੇ ਇਹਨੂੰ ਜਿਹੜਾ ਹੈ ਸਹਿਤ ਕਾਦਮੀ ਪੁਰਸਕਾਰ ਮਿਲਿਆ ਅੱਗੇ ਸੀ ਕੱਚ ਦਾ ਗਲਾਸ ਕਿਸ ਦੀ ਕਾਵ ਰਚਨਾ ਹੈ ਜਿਹੜਾ ਕੱਚ ਦਾ ਗਲਾਸ ਜਿਹੜਾ ਹੈ ਸਰਜੀਤ ਪਾਤਰ ਦੀ ਰਚਨਾ ਹੈ ਇਹ ਵੀ ਦੇਖੋ ਹੁਣ ਕਿੱਡਾ ਡੂੰਗਾ ਸਵਾਲ ਸੀ ਜਿਹੜਾ ਸ਼ਰੀਪੋਹੁ ਮੱਲ ਕਿਸ ਦੇ ਪਿਤਾ ਦਾ ਨਾਮ ਸੀ ਤਨੀਰਾਮ ਚਾਤਰੀਕ ਦੇ ਪਿਤਾ ਦਾ ਨਾਮ ਸੀ ਕਿਹੜੀ ਰਚਨਾ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ ਤਾਂ ਇਹਦੇ ਜਿਹੜਾ ਹੈ ਜੈ ਮੀਰ ਤੇ ਮੋਹਨ ਸਿੰਘ ਨੂੰ ਪ੍ਰਾਪਤ ਹੋਇਆ ਸੀ ਇਹ ਵਾਰ ਵਿਜੇ ਸਿੰਘ ਕਿਸ ਦੀ ਰਚਨਾ ਹੈ ਭਾਈ ਵੀਰ ਸਿੰਘ ਦੀ ਰਚਨਾ 1876 ਵਿੱਚ ਕਿਸ ਦਾ ਜਨਮ ਹੋਇਆ ਤਨੀਰਾਮ ਚਾਤਰੀਕ ਦਾ ਪੰਜ ਦਰਿਆ ਮਾਸਿਕ ਪੱਤਰ ਕਿਸ ਨੇ ਜਾਰੀ ਕੀਤਾ ਪ੍ਰੋਫੈਸਰ ਮੋਹਨ ਸਿੰਘ ਨੇ ਸਰਜੀਤ ਪਾਤਰ ਨੂੰ ਪਦਮ ਸ਼੍ਰੀ ਅਵਾਰਡ ਕਦੋਂ ਮਿਲਿਆ 2012 ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦਾ ਪਹਿਲਾ ਕਾਵਿਕ ਰਚਨਾ ਕਿਹੜਾ ਸੀ ਸਾਵੇਂ ਪੱਤਰ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਅਮਰਤਾ ਪ੍ਰੀਤਮ ਦੀ ਨਹੀਂ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਜਿਹੜੀ ਹੈ ਸਰਜੀਤ ਪਾਤਰ ਦੀ ਰਚਨਾ ਸੀ ਜੀਵਨ ਸੰਦੇਸ਼ ਮਾਸ ਪੱਤਰ ਦਾ ਸਬੰਧ ਕਿਸ ਨਾਲ ਸੀ ਗਿਆਨੀ ਗੁਰਦੇਵ ਸਿੰਘ ਨਾਲ ਗੁਰੂ ਨਾਨਕ ਦਾ ਕੁਦਰਤ ਦਾ ਸਿਧਾਂਤ ਪੁਸਤਕ ਦਾ ਕਰਤਾ ਕੌਣ ਸੀ ਹਰਪਾਲ ਸਿੰਘ ਪੁੰਨੂ ਇਸ ਦਾ ਕਰਤਾ ਜਿਹੜਾ ਹਰਪਾਲ ਸਿੰਘ ਪੁੰਨੂ ਮੇਰਾ ਪਿੰਡ ਪੁਸਤਕ ਦਾ ਲੇਖਕ ਕੌਣ ਗਿਆਨੀ ਗੁਰਦੇਵ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਨਾਮ ਕੀ ਸੀ ਆਰ ਸੀ ਜਿਹੜੀ ਕਿ ਪਹਿਲੀ ਪੰਜਾਬੀ ਦੀ ਸਵੈ ਜੀਵਨੀ ਮੰਨੀ ਜਾਂਦੀ ਹੈ ਤੁਰਨ ਦਾ ਹੁਨਰ ਜਿਹੜਾ ਨਿਬੰਧ ਹੈ ਉਹ ਨਰਿੰਦਰ ਸਿੰਘ ਕਪੂਰ ਦਾ ਲਿਖਿਆ ਹੋਇਆ ਹੈ ਹਾਂਜੀ ਇਹ ਜਿਹੜੇ ਇਹ ਸਵਾਲ ਠੀਕ ਸੀ ਜਿਹੜੇ ਕਿ 11ਵੀਂ 12ਵੀਂ ਦੀਆਂ ਪੁਸਤਕਾਂ ਦੇ ਵਿੱਚੋਂ ਮਿਲਦੇ ਆ ਕਿਹੜੀ ਪੁਸਤਕ ਪ੍ਰਿੰਸੀਪਲ ਤੇਜਾ ਸਿੰਘ ਦੀ ਨਹੀਂ ਹੈ ਗੁਰਬਾਣੀ ਦਾ ਇਤਿਹਾਸ ਬੇਬੇ ਜੀ ਨਵੰਦ ਦਾ ਲੇਖਕ ਕੌਣ ਹੈ ਹਰਪਾਲ ਸਿੰਘ ਪੰਨੂ ਪੰਨੂ ਬੋਲੀ ਕੇ ਨਵੰਦ ਕਿਸ ਦਾ ਲਿਖਿਆ ਹੋਇਆ ਹੈ ਗੁਰਬਖ ਸਿੰਘ ਦਾ ਬੋਲੀ ਨਵੰਦ ਜਿਹੜਾ ਗੁਰਬਖ ਸਿੰਘ ਦਾ ਲਿਖਿਆ ਹੋਇਆ ਹੈ ਪ੍ਰੀਤ ਲੜੀ ਮਾਸਕ ਪੱਤਰਕਾ ਦਾ ਸਬੰਧ ਕਿਸ ਨਾਲ ਹੈ ਗਰਬਖ ਸਿੰਘ ਪ੍ਰੀਤ ਲੜੀ ਨੇ ਜਿਹੜਾ ਹੈ ਇਸ ਨੂੰ ਸ਼ੁਰੂ ਕੀਤਾ ਸੀ ਅੱਗੇ ਹੈ ਮੇਰੇ ਵੱਡੇ ਵਡੇਰੇ ਨਵੰਦ ਕਿਸ ਦਾ ਲਿਖਿਆ ਹੋਇਆ ਗੁਰਗਿਆਨ ਜਿਹੜਾ ਮੇਰੇ ਵੱਡੇ ਵਡੇਰੇ ਗਿਆਨੀ ਗੁਰਦੇਵ ਸਿੰਘ ਦਾ ਲਿਖਿਆ ਹੋਇਆ ਹਾਂਜੀ ਅੱਗੇ ਸਵਾਲ ਸੀਗਾ ਸਜਾਨ ਸਿੰਘ ਨੂੰ ਕਿਸ ਪੁਸਤਕ ਤੇ ਭਾਰਤੀ ਸਹਿਤ ਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸ਼ਹਿਰ ਤੇ ਗ੍ਰਾਂਦੇ ਸ਼ਹਿਰ ਤੇ ਗ੍ਰਾਂਦੇ ਜਿਹੜਾ ਕਹਾਣੀ ਸੰਗ੍ਰਹਿ ਤੇ ਇਹਨੂੰ ਅੰਗ ਸੰਗ ਰਚਨਾ ਦੀ ਵਿਦਾ ਕਿਹੜੀ ਸੀ ਆਕਾਂਗੀ ਇੱਕ ਪੈਰ ਘੱਟ ਤੁਰਨਾ ਕਹਾਣੀ ਕਿਸ ਦੀ ਲਿਖੀ ਹੈ ਅਜੀਤ ਕੌਰ ਦੀ ਕਲਵੰਤ ਸਿੰਘ ਵਿਰਕ ਦਾ ਜਨਮ ਕਦੋਂ ਹੋਇਆ 1921 ਦੇ ਵਿੱਚ ਮੂਨ ਭੰਡਾਰੀ ਨੂੰ ਕਿਹੜੇ ਕਹਾਣੀ ਸੰਗ੍ਰਹਿ ਤੇ ਭਾਰਤੀ ਸਹਿਤ ਕਾਦਮੀ ਪੁਰਸਕਾਰ ਮਿਲਿਆ ਮੂਨ ਦੀ ਅੱਖ ਤੇ ਇਸ ਨੂੰ ਜਿਹੜਾ ਭਾਰਤੀ ਸਹਿਤ ਕਾਦਮੀ ਪੁਰਸਕਾਰ ਮਿਲਿਆ ਕਲਵੰਤ ਸਿੰਘ ਵਿਰਕ ਕਿਹੜੇ ਮਾਸਿਕ ਪੱਤਰ ਦੇ ਸੰਪਾਦਕ ਰਹੇ ਹਨ ਪ੍ਰੀਤ ਲੜੀ ਦੇ ਕਿਹੜੀ ਰਚਨਾ ਅਜੀਤ ਕੌਰ ਦੀ ਨਹੀਂ ਹੈ ਨਰਕਾਂ ਦੇ ਦੇਵਤੇ ਨਰਕਾਂ ਦੇ ਦੇਵਤੇ ਅੱਗੇ ਸੀ ਕਲਵੰਤ ਸਿੰਘ ਵਿਰਕ ਦੀ ਕਹਾਣੀ ਧਰਤੀ ਹੇਠਲਾ ਬਲਦ ਉਸਦੇ ਕਿਹੜੇ ਕਹਾਣੀ ਸੰਗ੍ਰਹਿ ਵਿੱਚ ਦਰਦ ਹੈ ਤਾਂ ਇਹ ਜਿਹੜਾ ਹੈ ਦੁੱਧ ਦਾ ਛੱਪੜ ਤਾਂ ਕਾਫੀ ਜਿਹੜੇ ਡੂੰਗੇ ਸਵਾਲ ਸੀ ਬਾਕੀ ਸਭ ਸੁਖਸਾਂਦ ਹੈ ਕਹਾਣੀ ਕਿਸ ਦੀ ਲਿਖੀ ਹੋਈ ਹੈ ਮੋਹਨ ਭੰਡਾਰੀ ਦੀ ਨਿਮਨ ਵਰਗ ਦੇ ਸੁਧਾਰਨ ਮਨੁੱਖ ਦੀਆਂ ਸਮੱਸਿਆਵਾਂ ਨੂੰ ਚਿੱਤਰਨ ਵਾਲਾ ਕਿਹੜਾ ਕਹਾਣੀਕਾਰ ਹੈ ਸੁਜਾਨ ਸਿੰਘ ਸ਼ੇਕਸਪੀਅਰ ਦਾ ਨਾਟਕ ਮਰਚੈਂਟ ਆਫ ਵੀਨਸ ਦਾ ਪੰਜਾਬੀ ਅਨੁਵਾਦ ਕਿਸ ਨੇ ਕੀਤਾ ਜੀਸ਼ਵਰ ਚੰਦਰ ਨੰਦਾ ਨੇ ਪਰਤਾਉਣ ਤੱਕ اکਾਂਗੀ ਕਿਸ ਦੀ ਹੈ ਸਤੀਸ਼ ਕੁਮਾਰ ਵਰਮਾ ਦੀ ਕਿਹੜੀ اکਾਂਗੀ ਬਲਵੰਤ ਕਾਰਗੀ ਦੀ ਹੈ ਬੰਬਕੇਸ਼ ਬੰਬਕੇਸ਼ ਹਾਂਜੀ ਅੱਗੇ ਹੈ ਕੈਮਲੂਫਸ ਦੀਆਂ ਮੱਛੀਆਂ ਨਾਟ ਰਚਨਾ ਜਿਹੜੀ ਹੈ ਆਤਮਜੀਤ ਦੀ ਹੈ ਪਾਲੀ ਭੁਪਿੰਦਰ ਦਾ ਜਨਮ ਕਦੋਂ ਹੋਇਆ 1965 ਦੇ ਵਿੱਚ ਸਿਰਜਣਾ اکਾਂਗੀ ਦਾ ਲੇਖਕ ਪਾਲੀ ਪਾਲੀ ਭੁਪਿੰਦਰ ਸਿੰਘ ਅਮਰਤ ਅਮਰitsar ਨਾਟਕ ਕਲਾ ਕੇਂਦਰ ਦੇ ਬਾਨੀ ਕੌਣ ਸਨ ਗੁਰਸ਼ਰਨ ਸਿੰਘ ਭਾਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਅਕਾਂਗੀਕਾਰ ਮੰਚਨ ਰਸਾਲੇ ਦਾ ਸੰਪਾਦਕ ਵੀ ਰਿਹਾ ਤਾਂ ਇਸ ਦਾ ਜਿਹੜਾ ਥੋੜਾ ਜਿਹਾ ਇਸ ਦੇ ਵਿੱਚ ਡਾਊਟ ਸੀ ਇਸ ਦਾ ਜਿਹੜਾ ਹੈ ਆਨਸਰ ਨੈਕਸਟ ਸਿਗਾ ਨਾਇਕ ਅਕਾਂਗੀ ਕਿਸ ਅਕਾਂਗੀਕਾਰ ਦੀ ਰਚਨਾ ਹੈ ਗੁਰਸ਼ਰਮ ਸਿੰਘ ਦੀ ਹੈ ਈਸ਼ਵਰ ਚੰਦਰ ਨੰਦਾ ਦਾ ਜਨਮ ਕਦੋਂ ਹੋਇਆ 1800 92 ਦੇ ਵਿੱਚ ਜਿੰਨਾਂ ਧੁਨੀਆਂ ਦੇ ਉਚਾਰਨ ਵਲੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਨਾਲ ਬਾਹਰ ਨਿਕਲਦੀ ਹੈ ਸਵਰਧੁਨੀਆਂ ਨੇ ਜਿਨ੍ਹਾਂ ਨੂੰ ਸਵਰ ਕਹਿੰਦੇ ਆਪਾਂ ਤਾਂ ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਾਇਆ ਹੋਇਆ ਸੀ ਆਪਣੀਆਂ ਵੀਡੀਓ ਜੇ ਤੁਸੀਂ ਧੁਨੀਆਂ ਵਾਲੀਆਂ ਦੇਖੀਆਂ ਹੋਈਆਂ ਜਿੰਨਾਂ 'ਚ ਰੋਕ ਪੈਦਾ ਹੁੰਦੀ ਹੈ ਉਹ ਵਿਅੰਜਨ ਹੁੰਦੇ ਹੈ ਜਿੰਨਾਂ 'ਚ ਜਿਹੜੀ ਹੈ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਉਹ ਸਵਰ ਹੁੰਦੀ ਹੈ ਊੜਾ ੜਾ ਈ ਕੀ ਹੈ ਸਵਰਵਾਹਕ ਹੈ ਮੂਰਧਣੀ ਦੀ ਮਹਾਰਨੀ ਦੀ ਜਿਹੜੀ ਸਹੀ ਤਰਤੀਬ ਉਹ ਇਸ ਦਾ ਜਿਹੜਾ ਹੈ ਡੀ ਜਿਹੜਾ ਇਸ ਦਾ ਆਨਸਰ ਆਵੇਗਾ ਹਾਂਜੀ ਅੱਗੇ ਹੈ ਅ ਜਿਸ ਇਹਦੇ ਜਿਹ ਵਿੱਚ ਜੇ ਤੁਸੀਂ ਮਹਾਰਨੀ ਦਾ ਜਿਹੜਾ ਇਹਦਾ ਦੇਖਣਾ ਹੋਵੇ ਤਾਂ ਇਹਦੇ ਵਿੱਚ ਤੁਸੀਂ ਪਹਿਲਾਂ ਮੁਕਤਾ ਤੇ ਫਿਰ ਕੰਨਾ ਤੇ ਲਾਸ ਦੇ ਉੱਪਰ ਜਿਹੜਾ ਹੈ ਓੜਾ ਤੇ ਕਨੌੜਾ ਨੂੰ ਤੁਸੀਂ ਦੇਖ ਸਕਦੇ ਹੋ ਹਾਂਜੀ ਅੱਗੇ ਹੈ ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ ਤਿੰਨ ਭਾਸ਼ਾ ਦੀ ਛੋਟੀ ਤੋਂ ਛੋਟੀ ਸਤੰਤਰ ਤੇ ਅਰਥਯੁਕਤ ਇਕਾਈ ਜਿਹੜੀ ਹੈ ਉਹ ਸ਼ਬਦ ਅਤੇ ਧੁਣੀ ਧੁਣੀ ਵੀ ਇਸ ਦਾ ਜਿਹੜਾ ਸਹੀ ਆਨਸਰ ਆ ਸਕਦਾ ਕਿਉਂਕਿ ਕਈ ਕਿਤਾਬਾਂ ਦੇ ਵਿੱਚ ਜਿਹੜਾ ਹੈ ਬਲੂਮਫੀਲਡ ਇਸ ਨੂੰ ਜਿਹੜੀ ਸਤੰਤਰ ਤੇ ਇਕਾਈ ਜਿਹੜੀ ਮੰਨਦਾ ਹੈਗਾ ਤਾਂ ਇਹਦੇ ਵਿੱਚ ਸ਼ਬਦ ਵੀ ਜਿਹੜਾ ਇਹਦਾ ਮੰਨਿਆ ਜਾ ਸਕਦਾ ਤੇ ਧੁਣੀ ਵੀ ਇਸ ਦਾ ਆਨਸਰ ਜਿਹੜਾ ਆ ਸਕਦਾ ਸੀ 8 ਲਿਖਿਆਂ ਵਿੱਚੋਂ ਜੋ ਜੋ ਕਿਹੜੇ ਹਨ ਕਿਉਂਕਿ ਇਹਦੇ ਨਾਲ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਪੰਜ ਭਾਵ ਨਾਮ ਕਿਹੜੇ-ਕਿਹੜੇ ਹਨ ਦੁੱਖ ਤੇ ਪਿਆਰ ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ ਵਾਕ ਵਿੱਚ ਤੁਹਾਡੇ ਲਈ ਸੰਬੰਧ ਕਿਹੜਾ ਹੈ ਜਿਹੜਾ ਹੈ ਤੁਹਾਡੇ ਲਈ ਆਏਗਾ ਸੱਪਰਦਾਨ ਕਾਰਕ ਆਏਗਾ ਜਿਹੜਾ ਇਸ ਦੇ ਵਿੱਚ ਹਾਂਜੀ ਪੜਾਈ ਕਈ ਪੜਾਈ ਵਿੱਚ ਉਹ ਨਹੀਂ ਦਿਲਚਸਪੀ ਨਹੀਂ ਰੱਖਦੇ ਜਿੰਨੀ ਖੇਡਾਂ ਵਿੱਚ ਇਸ ਵਾਕ ਵਿੱਚ ਕਈ ਪੜਨਾਮ ਦੀ ਕਿਹੜੀ ਕਿਸਮ ਹੈ ਕਈ ਜਿਹੜੀ ਹੈ ਅਨਿਸ਼ਚੇ ਵਾਚਕ ਹੈ ਜਿਸ ਦੇ ਵਿੱਚ ਪਤਾ ਹੀ ਨਹੀਂ ਕਿ ਕਿੰਨੇ ਜਾਣੇ ਆ ਕੌਣ ਹੈ ਬੰਤਰ ਦੇ ਆਧਾਰ ਤੇ ਵਾਕ ਦੀ ਕਿਸਮ ਜਿਹੜੀ ਹੈ ਉਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਹਾਂਜੀ ਅੱਗੇ ਸੰਧਾਰਨ ਸੰਯੁਕਤ ਤੇ ਮਿਸ਼ਰਤ ਵਾਕ ਅੱਗੇ ਹੈ ਫਾਰਸ ਨੂੰ ਤਰ ਕਰੋ ਤਾਂ ਕਿ ਸੀਮਿੰਟ ਪੱਕ ਜਾਵੇ ਰੋਟੀ ਤਰ ਨਾਲ ਖਾਣੀ ਗੁਣਕਾਰੀ ਹੈ ਵਾਕ ਵਿੱਚ ਇੱਕ ਤੇ ਦੋ ਵਿੱਚ ਤਰ ਸ਼ਬਦ ਕਿਸ ਨਾਲ ਸੰਬੰਧਤ ਹੈ ਤੇ ਇਸ ਦਾ ਆਨਸਰ ਜਿਹੜਾ ਆਏਗਾ ਬਹੁ ਆਰਥਿਕ ਸ਼ਬਦ ਜਫਰ ਜਨ ਨੇ ਦਾ ਅਰਥ ਹੁੰਦਾ ਹੈ ਕੱਲਣਾ ਕੱਲਣੀ ਅੱਗੇ ਹੈ ਪੂਰਨ ਵਿਸ਼ਰਾਮ ਤੋਂ ਅਦੇਠ ਹਰਾ ਲਈ ਕਿਹੜੇ ਵਿਸ਼ਰਾਮ ਚੰਨ ਦੀ ਵਰਤੋਂ ਕੀਤੀ ਜਾਂਦੀ ਹੈ ਗੁੱਸੇ ਹੋਣਾ ਤਾਂ ਇਹ ਇਹਦੇ ਵਿੱਚ ਜਿਹੜਾ ਹੈਗਾ ਅਦੇ ਠਰਾ ਦੀ ਜਿਹੜੀ ਵਰਤੋਂ ਚੈਨ ਦੀ ਕੀਤੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਹੈ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੇ ਇਸ ਦਾ ਆਨਸਰ ਜਿਹੜਾ ਆਵੇਗਾ ਕੌਮੇ ਦੀ ਜਿੱਥੇ ਆਪਾਂ ਅੱਧਾ ਠਰਾ ਦੀ ਗੱਲ ਕਰਦੇ ਹਾਂ ਨਾ ਇੱਥੇ ਗਲਤ ਲਿਖਿਆ ਹੋਇਆ ਤੇ ਪੂਰਨ ਵਿਸ਼ਰਾਮ ਲਈ ਆਪਾਂ ਜਿਹੜਾ ਹੈ ਡੰਡੀ ਦੀ ਵਰਤੋਂ ਕਰਦੇ ਹਾਂ ਦਬਾਬੀ ਕਿਸ ਖੇਤਰ ਦੀ ਉਪਭਾਸ਼ਾ ਹੈ ਦਿਲੰਦਰ ਤੇ ਕਪੂਰਥਲਾ ਕਾਮਚਲਾਉ ਭਾਸ਼ਾ ਨੂੰ ਕੀ ਕਹਿੰਦੇ ਆ ਜਿਹੜਾ ਪਿਜਣ ਕਹਿੰਦੇ ਆ ਤੇ ਕਰੋਲ ਕਿਹੜੀ ਹੁੰਦੀ ਹੈ ਜਿਹੜੀ ਕੀ ਕੰਮ ਚਲਾਉ ਜਿਵੇਂ ਆਪਸ ਦੇ ਵਿੱਚ ਜਿਵੇਂ ਪਈਏ ਤੇ ਪੰਜਾਬੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਹਨ ਤਾਂ ਉਹਦੇ ਉਸ ਨੂੰ ਆਪਾਂ ਭੇਜਣ ਕਹਿੰਦੇ ਆ ਜਦੋਂ ਇਹ ਹੌਲੀ-ਹੌਲੀ ਇਹ ਭਾਸ਼ਾ ਆਪਸ ਦੇ ਵਿੱਚ ਰਲ ਮਿਲ ਕੇ ਇੱਕ ਭਾਸ਼ਾ ਦਾ ਰੂਪ ਗ੍ਰਹਿਣ ਕਰ ਲਏ ਉਹਨੂੰ ਕਰੋਲ ਕਹਿੰਦੇ ਆ ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗ ਸਕੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਤੋਂ ਕਰਵਾਈ ਜਾਂਦੀ ਹੈ ਇਹ ਕਿਰਿਆ ਦੀ ਕਿਹੜੀ ਕਿਸਮ ਹੁੰਦੀ ਹੈ ਤਾਂ ਇਹਦੇ ਵਿੱਚ ਜਿਹੜੀ ਇੱਥੇ ਪ੍ਰੇਰਨਾਰਥਕ ਕਿਰਿਆ ਲਿਖਿਆ ਹੋਇਆ ਤਾਂ ਜਿਹਦੇ ਵਿੱਚ ਕਿਸੇ ਤੋਂ ਕਰਵਾਈ ਜਾਵੇ ਹਨਾ ਤਾਂ ਉਹਦੇ ਆਸਤੇ ਜਿਵੇਂ ਹਨ ਆਪਾਂ ਦੋ ਤਰ੍ਹਾਂ ਦੀਆਂ ਕਿਰਿਆ ਦੀਆਂ ਆਪਾਂ ਜਿਹੜੀਆਂ ਕਿਸਮਾਂ ਮੰਨਦੇ ਆ ਜਿਵੇਂ ਕਿ ਇੱਕ ਹੁੰਦੀ ਹੈ ਸਕਰਮਕ ਇੱਕ ਹੁੰਦੀ ਹੈ ਅਕਰਮਕ ਤਾਂ ਸਕਰਮਕ ਹੁੰਦੀ ਹੈ ਜਿਸ ਦੇ ਵਿੱਚ ਕਰਮ ਹੋਵੇ ਤਾਂ ਇੱਥੇ ਇਹਨਾਂ ਨੇ ਕੀ ਕਿਹਾ ਕਿ ਕਿਸੇ ਤੋਂ ਕਰਵਾਈ ਜਾਵੇ ਹਨਾ ਤਾਂ ਇਹਦੇ ਵਿੱਚ ਪ੍ਰੇਰਨਾਤਮਕ ਵੀ ਆ ਸਕਦੀ ਹੈ ਤੇ ਜਿਹੜੀ ਹੈ ਆਕਰਮਕ ਵੀ ਹੋ ਸਕਦੀ ਹੈ ਤੁਹਾਡੇ ਕੱਪੜੇ ਚੰਗੇ ਧੋਤੇ ਹੋਏ ਹਨ ਵਾਕ ਵਿੱਚ ਤੁਹਾਡਾ ਸ਼ਬਦ ਕਿਹੜਾ ਵਿਸ਼ੇਸ਼ਣ ਦਰਉਂਦਾ ਹੈ ਤੱਪੜ ਨਾਮੀ ਵਿਸ਼ੇਸ਼ਣ ਕੋਮਲ ਤਾਲਵੀ ਧੁਣੀਆਂ ਕਿਹੜੀਆਂ ਹੁੰਦੀਆਂ ਹਨ ਤਾਂ ਕੋਮਲ ਤਾਲਵੀ ਧੁਣੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਇਹ ਕੰਠੀ ਧੁਣੀਆਂ ਜਿਹੜੀਆਂ ਕਕਾ ਖਖਾ ਗੱਗਾ ਹਨ ਕੋਮਲ ਤਾਲਵੀ ਦੇ ਵਿੱਚ ਜਿੰਨਾ ਦੇ ਸਮੇਂ ਜਿਹੜੀ ਹੈ ਜੀਵ ਤਾਲੂ ਦੇ ਨਾਲ ਹੁੰਦੀ ਹੈ ਜਿਵੇਂ ਤੱਤਾ ਥੱਥਾ ਨੱਦਾ ਹੇਠ ਲਿਖਿਆਂ ਵਿੱਚੋਂ ਹਰਸਵ ਸਵਰ ਕਿਹੜੇ ਹਨ ਹਰਸਵ ਤੇ ਦੀर्घ ਸਵਰ ਹੁੰਦੇ ਹਨ ਨਾ ਦੀर्घ ਸਾਰੇ ਹੁੰਦੇ ਆ ਈੜੀ ਨੂੰ ਸਿਆਰੀ ਊੜੇ ਨੂੰ ਔਂਕੜ ਤੇ ਮੁਖਤਾ ਇਹ ਤਿੰਨੇ ਜਿਹੜੇ ਆ ਹਰਸਵ ਹੁੰਦੇ ਆ ਲਘੂ ਵੀ ਕਹਿੰਦੇ ਆ ਨਾਂ ਹਾਂਜੀ ਅੱਗੇ ਹੈ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦ ਗ੍ਰੰਥ ਦੀ ਸੰਪਾਦਨਾ ਕਦੋਂ ਕੀਤੀ 1604 ਈਸਵੀ ਵਿੱਚ ਗਵਿੰਦਵਾਲ ਵਿਖੇ ਬੌਲੀ ਦਾ ਨਿਰਮਾਣ ਕਿੰਨਾਂ ਨੇ ਕਰਾਇਆ ਗੁਰੂ ਅਮਰਦਾਸ ਜੀ ਨੇ ਆਸਾ ਦੀ ਵਾਰ ਕਿੰਨਾਂ ਦੀ ਲਿਖੀ ਹੋਈ ਆ ਗੁਰੂ ਨਾਨਕ ਦੇਵ ਜੀ ਦੀ ਤੂੰ ਮੇਰਾ ਪਿਤਾ ਤੂੰ ਮੇਰਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾਂ ਕਾ ਪਉ ਕਿਹਾ ਕਾੜਾ ਜੀਉ ਤਾਂ ਇਹ ਸਤਾਰਾ ਜਿਹੜੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕਿਹੜੇ ਗੁਰੂ ਨੇ 17 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਗੁਰੂ ਅਮਰਦਾਸ ਜੀ ਨੇ ਗगन ਮੇ ਥਾਲ ਰਾਵ ਦੀਪਕ ਚੰਦ ਦੀਪਕ ਬਣੇ ਤਾਰਕਾ ਮੰਡਲ ਜੋਤੀ ਮੋਤੀ ਤੂਪ ਮਲਾਲ ਨੂੰ ਪਵਨ ਚਬਰ ਕਰੇ ਸਗਲ ਬਣਮ ਫਲੰਤ ਜੋਤੀ ਕੈਸੀ ਆਰਤੀ ਹੋਏ ਭਵਨ ਖੰਡਣਾ ਤੇਰੀ ਆਰਤੀ ਬਰੋਗਤ 17 ਕਿਸ ਦੀਆਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅੱਗੇ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ 1563 ਦੇ ਵਿੱਚ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ਤੇਜਪਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੀ ਬਾਣੀ ਸਭ ਤੋਂ ਜ਼ਿਆਦਾ ਹੈ ਗੁਰੂ ਅਰਜਨ ਦੇਵ ਜੀ ਦੀ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੇ ਤੂੰ ਮਨ ਮੇਰੇ ਦੁੱਖ ਸਭ ਬਸਾਰਨਾ 17 ਕਿਸ ਬਾਣੀ ਦੀਆਂ ਜਿਹੜੀਆਂ ਆਪਾਂ ਜਾਨਾ ਜੀਵਨ ਦੇ ਵਿੱਚ ਆਪਾਂ ਵਰਤਦੇ ਆਂ ਨੰਦ ਸਾਹਿਬ ਦੀਆਂ ਗੰਗੇ ਸ਼ਾਗਰ ਸਕੇ ਸੁਫੀ ਸੰਤ ਦੇ ਨਾਲ ਜੁੜਦਾ ਸ਼ੇਖ ਫਰੀਦ ਦੇ ਹੀਰ ਰਾਂਝੇ ਦੇ ਹੋ ਗਏ ਮੇਲੇ ਭੁੱਲੀ ਹੀਰ ਤੁਰੰਦੀ ਬਿਲੇ ਰਾਂਝਣ ਯਾਰ ਬੁੱਕਲ ਵਿੱਚ ਖੇਲੇ ਮੇਰੀ ਮੈਨੂੰ ਸੋਤ ਨਹੀਂ ਨਸਾਰ ਠੀਕ ਹੈ ਤਾਂ ਇਹ ਜਿਹੜੀਆਂ 17 ਹੈਗੀਆਂ ਬੁੱਲੇ ਸ਼ਾਹ ਦੀਆਂ ਇਸ਼ਕ ਦੀ ਨਵੀਂ ਨਵੀਂ ਬਹਾਰ ਜਿਹੜੀ ਆ ਉਹ ਉਸ ਦੀ ਕਾਫੀ ਦੇ ਵਿੱਚੋਂ ਆ ਹਾਂਜੀ ਅੱਗੇ ਹੈ ਸ਼ਾਹ ਹੁਸੈਨ ਦੇ ਪਿਤਾ ਦਾ ਨਾਮ ਕੀ ਸੀ ਸ਼ੇਖ ਉਸਮਾਨ ਬੁੱਲੇ ਸ਼ਾਹ ਨੇ ਕਿਹੜੇ ਕਾਵ ਰੂਪ ਦੀ ਸਿਰਜਣਾ ਜਿਹੜੀ ਨਹੀਂ ਕੀਤੀ ਸ਼ੁਤਰਨਾਮਾ ਦੇ ਵਿੱਚ ਸ਼ੇਖ ਫਰੀਦ ਜੀ ਦੇ ਮੁਰਸ਼ਿਦ ਕੌਣ ਸਨ ਕੁਤਬਦੀਨ ਬਖਤਿਆਰ ਕਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ 112 ਸ਼ਲੋਕ ਤੇ 4 ਸ਼ਬਦ ਦਰਜ ਹਨ ਸ਼ਾਹ ਹਸੈਨ ਦਾ ਦੇਹਾਂਤ ਜਿਹੜਾ ਹੈ 1593 ਦੇ ਵਿੱਚ ਹੋਇਆ ਸੋ ਇੰਨੇ ਦੇ ਕੋਟ ਰਪੈਰੀ ਛੱਜੇ ਹਰ ਬਿਨ ਜਾਣ ਮਸਾਨ ਭਾਵੇਂ ਤੂੰ ਜਾਣ ਨਾ ਜਾਣ ਤੇਰੇ ਸਿਰ ਤੇ ਜਮ ਮਸਾਜਨ ਕਰਦਾ ਉਪਰੋਕਤ ਸਦਰਾਂ ਜਿਹੜੀਆਂ ਹੈਗੀਆਂ ਸ਼ਾਹ ਹਸੈਨ ਦੀਆਂ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤਾ ਮਿੱਠੀਆਂ ਰੱਬ ਨਾਲ ਪੋਜਣ ਤੋਂ ਉਪਰੋਕਤ ਸਦਰਾਂ ਦੇ ਵਿੱਚ ਨਵਾਤ ਸ਼ਬਦ ਦਾ ਕੀ ਅਰਥ ਹੈ ਤਾਂ ਇਹਦੇ ਵਿੱਚ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਤਾਂ ਮਿਸ਼ਰੀ ਜਿਹੜਾ ਇਸ ਦਾ ਰਾਈਟ ਆਨਸਰ ਆਵੇਗਾ ਅੱਗੇ ਹੈ ਕਦੇ ਨਮਾਜ਼ ਵੈਦਤ ਨਾ ਕੀਤੀ ਹੌਣ ਕਿਉਂ ਕਰਨਾ ਏ ਤਾੜੇ ਤਾੜ ਉਪਰੋਕਤ ਸਤਰਾਂ ਦੇ ਵਿੱਚ ਜਿਹੜਾ ਹੈ ਵਹਿਦਤ ਦਾ ਸ਼ਬਦ ਹੈ ਸਾਦਨਾ ਅੱਗੇ ਹੈ ਯਾਰੂ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਗ੍ਰਹਿਣ ਇਹਨੂੰ ਪੰਜਾ ਪੀਰਾਂ ਦੀ ਥਾਪੜਾ ਕੰਦੀ ਦਸਤ ਤੇਰੇ ਨਾ ਉਪਰੋਕਤ ਸਤਰਾਂ ਕਿਸ ਦੀਆਂ ਹਨ ਹਾਫਜ਼ ਬਰਕਰਾਰਦਾਰ ਦੀਆਂ ਜਿਹੜੀਆਂ ਇਹ ਸਪਲਾ ਨੇ ਸਤਰਾਂ ਨੇ ਹਾਂਜੀ ਅੱਗੇ ਹੈ ਆਪਣੇ ਕੋਲੇ ਵਾਰਿਸ਼ ਆਨੇ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਵਿਦਿਆ ਹਾਸਲ ਕੀਤੀ ਗੁਲਾਮ ਮਯੋਦਨ ਮਖਦੂਮ ਤੋਂ ਹਾਸ਼ਮ ਸ਼ਾਹ ਨੇ ਕਿਹੜਾ ਕਿੱਸਾ ਨਹੀਂ ਲਿਖਿਆ ਗੁਲਸਰਨੋਵਰ ਰੇਜ ਦਵਾਈਆਂ ਦਿੱਤੀਆਂ ਸੋਹਣੇ ਪਰਿਵਾਰ ਰਲ ਤਦਬੀਰਾਂ ਬਣਦੀਆਂ ਸ਼ੈਲੀ ਮਟਿਆਰ ਉਪਰੋਕਤ ਤਦਬੀਰਾਂ ਸ਼ਬਦ ਦਾ ਕੀ ਅਰਥ ਹੈ ਕਿਸਮਤ ਕੋਸ਼ ਡਿੱਗਦੀ ਕੁਛ ਟੈਂਦੀ ਉੱਠਦੀ ਬੈਂਦੀ ਤੇ ਦਮ ਲੈਂਦੀ ਜਿਉਂ ਤੋਟ ਸ਼ਰਾਬੇ ਆਵੇ ਫੇਰ ਉੱਤੇ ਵੱਲਦੀ ਤਾਂ ਉਪਰੋਕਤ ਸਤਰਾਂ ਕਿਸ ਦੀਆਂ ਹਨ ਹਾਸ਼ਮ ਸ਼ਾਹ ਦੀਆਂ ਤਾਂ ਇਹ ਜਿਹੜੇ ਸਵਾਲ ਅੱਜ ਦਾ ਜਿਹੜਾ ਪੇਪਰ ਹੋਇਆ ਸੀ ਉਸ ਦੇ ਵਿੱਚੋਂ ਜਿਹੜੀਆਂ ਇਹ ਸਵਾਲ ਆਏ ਸੀਗੇ ਤਾਂ ਇਹ ਇਹ ਜਿਹੜੇ ਸਵਾਲ ਤੁਸੀਂ ਆਪਣੇ ਮਮਲਾ ਸਕਦੇ ਹੋ तकरीबन ਜਿਹੜੇ ਸਾਰੇ ਸਵਾਲ ਇੱਕ ਦੋ ਸਵਾਲਾਂ ਨੂੰ ਛੱਡ ਕੇ ਜਿਹੜੇ ਇਹਨਾਂ ਦੇ ਆਨਸਰ ਆ ਉਹ ਸਹੀ ਹੋਣਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਿਹੜੇ ਪੰਜਾਬੀ ਨਾਲ ਜਿਹੜਾ ਵੀ ਅਨੁਧਿਆਨ ਹੁੰਦਾ ਹੈ ਉਸ ਨਾਲ ਸੰਬੰਧਤ